11 2023 ਦੀ ਸ਼ਾਮ ਨੂੰ 5:30 ਤੋਂ 6 ਵਜੇ ਦੇ ਵਿੱਚ ਇੱਕ ਕੁਲਦੀਪ ਸਿੰਘ लाडी ਨਾਂ ਦੇ ਵਿਅਕਤੀ ਦੀ ਹੱਤਿਆ ਹੋਈ ਸੀ ਕੁਲਦੀਪ ਸਿੰਘ लाडी ਨਾਂ ਦੇ ਵਿਅਕਤੀ ਦੀ ਹੱਤਿਆ ਹੋਈ ਸੀ ਇਹ ਅਨਨੋਨ ਮਰਡਰ ਸੀਗਾ ਇੱਕ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਸਿਰ ਦੇ ਵਿੱਚ ਕਿਸੇ ਤੇਜ਼ ਹਥਿਆਰ ਦੇ ਨਾਲ ਵਾਰ ਕਰਕੇ ਤਾਂ ਉਸ ਦੀਆਂ ਹੱਥ ਦੀਆਂ ਉਂਗਲਾਂ ਵੱਡੀਆਂ ਗਈਆਂ ਸੀਗੀਆਂ ਉਸੇ ਜਗ੍ਹਾ ਦੇ ਉੱਤੇ ਉਮਰਾਨੰਗਲ ਦੀ ਜ਼ਮੀਨ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਉਹਨਾਂ ਦੇ ਆਪਣੇ ਨਾਲ ਜ਼ਮੀਨ ਪੈਂਦੀ ਉਸ ਰਸਤੇ ਦੇ ਵਿੱਚ ਜਿਹੜਾ ਇਹ ਵਿਅਕਤੀ ਸੀਗਾ ਇਹ ਰਹਿਣ ਵਾਲਾ ਹੈਗਾ ਆ ਜੀ ਬੈਣੀਵਾਲ ਦਾ ਉਸ ਸਮੇਂ ਐਸਐਚਓ ਧਰਮਕੋਟ ਨੂੰ ਹਦਾਇਤ ਕੀਤੀ ਗਈ ਸੀ ਕਿ ਉਹਨਾਂ ਨੇ ਇਮੀਡੀਏਟਲੀ ਐਫਆਰ ਨੰਬਰ 290 ਅੰਡਰ ਸੈਕਸ਼ਨ 302 ਪੀਐਸ ਧਰਮਕੋਟ ਵਿੱਚ ਰਜਿਸਟਰਡ ਕੀਤੀ ਗਈ ਇਹਨਾਂ ਨੇ ਮੁੜ ਕੇ ਡੀਐਸਪੀ ਸਾਹਿਬ ਧਰਮਕੋਟ ਮੌਕੇ ਤੇ ਪਹੁੰਚੇ ਇਨਾਂ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਐਸਪੀਡੀ ਡੀਐਸਪੀਡੀ ਡੀਐਸਪੀ ਧਰਮਕੋਟ ਐਸਐਚਓ ਧਰਮਕੋਟ ਤੇ ਸੀਏ ਇਨਚਾਰਜ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਖੁਫੀਆ ਤੌਰ ਤੇ ਤਾਂ ਵਿਗਿਆਨਿਕ ਢੰਗ ਦੇ ਨਾਲ ਇਨਵੈਸਟੀਗੇਸ਼ਨ ਕਰਨ ਨੂੰ ਕਿਹਾ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਸਾਰਿਆਂ ਨੇ ਜਦੋਂ ਇਨਵੈਸਟੀਗੇਸ਼ਨ ਦੇ ਤੱਥਾਂ ਨੂੰ ਧਿਆਨ ਵਿੱਚ ਲਿਆ ਕੇ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਉਸਦੇ ਭਰਾ ਵੱਲੋਂ ਹੀ ਹਰਦੀਪ ਸਿੰਘ ਵੱਲੋਂ ਆਪਣੇ ਬ੍ਰਦਰ ਕੁਲਦੀਪ ਸਿੰਘ ਦਾ ਮਰਡਰ ਕੀਤਾ ਗਿਆ ਪਾਇਆ ਗਿਆ ਇਹਨਾਂ ਦਾ ਮੇਨ ਮਰਡਰ ਕੰ ਦਾ ਮੋਟਿਵ ਇਹ ਸੀਗਾ ਕਿ ਇਹਨਾਂ ਦੀ ਜਿਹੜੀ ਜ਼ਮੀਨ ਆ ਇਹਨਾਂ ਦੀ ਮੈਰਿਜ ਨਹੀਂ ਹੋਈ ਹੈਗੀ ਹਰਦੀਪ ਸਿੰਘ ਦੀ ਇਹਨਾਂ ਨੇ ਆਪਣੀ ਜ਼ਮੀਨ ਪਿੱਛੇ ਹੀ ਆਪਣੇ ਭਰਾ ਦੀ ਨੂੰ ਮਾਰ ਦਿੱਤਾ ਵੀ ਜਿਹੜੀ ਸਾਰੀ ਜ਼ਮੀਨ ਆ 7 ਕਿਲੇ ਉਹ ਮੇਰੇ ਨਾਂ ਤੇ ਹੋ ਜੂਗੀ ਤੇ ਉਸ ਤੋਂ ਬਾਅਦ ਵਿੱਚ ਮੇਰੀ ਮੈਰਿਜ ਹੋ ਜੂਗੀ ਇਹ ਬਾਹਰ ਜਾਣ ਦਾ ਇਸ਼ੂ ਕਿਹਾ ਕੈਨੇਡਾ ਮੇਨ ਮੋਟਿਵ ਇਹਦਾ ਮਰਡਰ ਦਾ ਇਹ ਸੀਗਾ ਸੀ ਸਰ ਮਰਡਰ ਕੀਤਾ ਕਿਵੇਂ ਜਲਦੀਆਂ ਦੀ ਇੱਕ ਅੱਧੀਆਂ ਅੰਗਲਾ ਵੀ ਹੈ ਨਹੀਂ ਜਿਸ ਤਰ੍ਹਾਂ ਇਹਨੇ ਦੱਸਿਆ ਸਾਰਾ ਇਹਨੇ ਦੱਸਿਆ ਵੀ ਜਿਹੜਾ ਮੇਰਾ ਬ੍ਰਦਰ ਸੀਗਾ ਕਲਦੀਪ ਸਿੰਘ ਉਹ ਥੋੜਾ ਜਿਹਾ ਮੈਂਟਲੀ ਅਫਸਰਟ ਰਹਿੰਦਾ ਸੀਗਾ ਉਹ ਡੇਲੀ ਮਾਰਨਿੰਗ ਈਵਨਿੰਗ ਟਾਈਮ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਜ਼ਮੀਨ ਨੂੰ ਢੇੜਾ ਮਾਰਨ ਜਾਂਦਾ ਸੀਗਾ ਇਹਨੇ ਵੀ ਪਤਾ ਸੀਗਾ ਵੀ ਉਸ ਦਿਨ ਸ਼ਾਮ ਨੂੰ ਉਹ ਜ਼ਮੀਨ ਦੇ ਵਿੱਚ ਗਿਆ ਹੋਇਆ ਇਹ ਬਾਹਰੋਂ ਕਿਤੇ ਆਇਆ ਸੀਗਾ ਮੱਥਾ ਟੇਕ ਕੇ ਜਗ੍ਹਾ ਉੱਤੇ ਘਰਦਿਆਂ ਨੂੰ ਬਿਨਾਂ ਦੱਸੇ ਹੋਏ ਇੱਕ ਹੱਥ ਦੇ ਵਿੱਚ ਟਕੂਆ ਲੈ ਕੇ ਆਇਆ ਤੇ ਉਹਦੇ ਸਿਰ ਦੀ ਬੈਕ ਸਾਈਡ ਦੇ ਉੱਤੇ ਨੇ ਬਾਹਰ ਕੀਤੇ ਜਦੋਂ ਉਹਨੇ ਹੱਥ ਅੱਗੇ ਕੀਤਾ ਤੇ ਇਹਨੇ ਉਹਦੇ ਹੱਥ ਦੀਆਂ ਉਂਗਲਾਂ ਵੀ ਕੱਟ ਦਿੱਤੀਆਂ ਜਰੈਨ ਨੂੰ ਉਹਤੇ ਦੱਬਨ ਦੀ ਵੀ ਕੋਸ਼ਿਸ਼ ਕੀਤੀ ਨਹੀਂ ਇਹਨੇ ਇੱਕ ਉਥੋਂ ਲਾਗ ਗਿਆ ਕਈ ਲੈ ਕੇ ਥੋੜਾ ਜਿਹਾ ਟੋਆ ਪੱਟਿਆ ਸੀਗਾ ਇਹ ਇੱਕ ਹੱਥ ਉਣ ਕਰਕੇ ਦੂਜੇ ਹੱਥ ਦੀ ਵਿੱਚ ਜਾਣ ਘਾਟਾ ਟੋਆ ਬਹੁਤ ਥੋੜਾ ਜਿਹਾ ਪੱਟ ਹੋਇਆ ਸੀਗਾ ਹੋਰ ਵਿੱਚ ਦੱਬਿਆ ਨਹੀਂ ਜਾ ਸਕਦਾ ਸੀਗਾ ਉਨੀ ਛੇਤੀ ਕਿਉਂਕਿ ਉਸਦੇ ਨੀਅਰ ਇੱਕ ਪੱਠਾ ਸੀਗਾ ਵੀ ਰੋਲਾ ਪੈਣ ਦਾ ਜ਼ਿਆਦਾ ਡਰ ਸੀਗਾ ਇਸ ਕਰਕੇ ਇਹ ਡੈੱਡ ਬੋਡੀ ਨੂੰ ਉਵੇਂ ਛੱਡ ਕੇ ਉੱਥੇ ਨਿਕਲ ਗਿਆ ਤੇ ਵਾਪਸ ਘਰੇ ਜਾ ਕੇ ਇਹਨੇ ਆਪਣੇ ਫਾਦਰ ਨੂੰ ਕਿਹਾ ਵੀ ਇਮੀਡੀਏਟਲੀ ਤੁਸੀਂ ਦੇਖੋ ਹਜੇ ਤੱਕ ਜਿਹੜਾ ਬਰਦਰ ਆ ਕਦੇ ਨਹੀਂ ਆਇਆ ਉਹਨੇ ਕਿਹਾ ਵੀ ਉਹ ਜ਼ਮੀਨ ਨੂੰ ਕੀੜਾ ਮਾਰਨ ਗਿਆ ਹੋਇਆ ਜਲਦੀ ਆ ਜਾਊਗਾ ਇਹਨੇ ਕਿਹਾ ਵੀ ਤੁਸੀਂ ਇਹਨੂੰ ਇਕੱਲੇ ਨੂੰ ਕਿਉਂ ਜਾਣ ਦਿੱਤਾ ਤੇ ਜਿਹੜੇ ਇਹਦੇ ਕੱਪੜੇ ਸੀਗੇ ਬਲੱਡ ਨਾਲ ਲਿਬੜੇ ਹੋਏ ਇਹਨੇ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਸੁੱਟ ਦਿੱਤੇ ਇਹ ਸਰ ਜਿਹੜੀ ਕਈ ਉੱਥੇ ਮਿਲੀ ਸੀ ਕਿ ਉਹਨੂੰ ਅਰੋਪ ਲਗਾਇਆ ਜਾ ਰਿਹਾ ਸੀ ਕਿ ਕੋਈ ਪੱਠੇ ਵਾਲਾ ਆਪ ਹੋ ਸਕਦਾ ਉਹ ਉਸ ਸਮੇਂ ਲਾਇਆ ਜਾ ਰਿਹਾ ਸੀਗਾ ਜੀ ਕਿਉਂਕਿ ਜਿਹੜੇ ਪੱਠੇ ਵਾਲੇ ਮਿੱਟੀ ਪੱਟਦੇ ਨੇ ਉਹ ਸੇਮ ਕਈਆਂ ਹੁੰਦੀਆਂ ਇੱਕੋ ਜੀਆਂ ਪਾਰਟਿਕੂਲਰੀ ਕਈ ਹੁੰਦੀ ਜਿਹਦੇ ਨਾਲ ਮਿੱਟੀ ਪੱਟੀ ਜਾਂਦੀ ਆ ਪਰ ਜਦੋਂ ਤਸਦੀਕ ਦੇ ਦੌਰਾਨ ਇਹ ਗੱਲ ਆਇਆ ਤਪਤੀਸ਼ ਦੇ ਕੇ ਜਿਹੜੀ ਉਹ ਕਈ ਸੀਗੀ ਉਹ ਇਹਨਾਂ ਦੀ ਸੀਗੀ ਕੁਫੀਆ ਤੌਰ ਦੇ ਉੱਤੇ ਸਾਨੂੰ ਪਤਾ ਲੱਗਾ ਫਿਰ ਅੱਗੇ ਸਾਡੇ ਕੋਲੋਂ ਫਰਦਰ ਲੀਡ ਚੱਲੀ ਸਾਰੀ ਇਹ ਇਹੀ ਲੈ ਕੇ ਆਇਆ ਸੀਗਾ ਜੀ ਕਈ ਇਹ ਲੈ ਕੇ ਆਇਆ ਸੀ ਇੱਥੋਂ ਚੱਲ ਗਿਆ ਜੀ 10 ਸੀਗਾ ਸਰ ਮਾਮਲੇ ਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਚਾਹੁੰਦਾ ਸੀਗਾ ਕਿ ਵੀ ਮੈਂ ਮਰਡਰ ਕਰਨ ਤੋਂ ਬਾਅਦ ਇਹਦੀ ਡੈੱਡ ਬੋਡੀ ਇੱਥੋਂ ਦੱਬ ਦੂੰਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ ਕੁਝ ਦਿਨਾਂ ਬਾਅਦ ਜਦੋਂ ਰੌਲਾ ਪਊਗਾ ਤੇ ਕਹਿ ਦਾਂਗੇ ਵੀ ਕੁੱਤੇ ਬਿੱਲਿਆਂ ਨੇ ਖਾ ਲਿਆ ਹੋਣਾ ਜਾਂ ਕੋਈ ਮਾਰ ਕੇ ਰੱਖ ਛੱਡ ਗਿਆ ਜੀ ਇਸ ਜਗ੍ਹਾ ਤੇ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰੋ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ Instagram ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅਸ ਦੀ ਆਵਾਜ਼ ਦਾ ਈ-ਪੇਪਰ ਐਡੀਸ਼ਨ ਪੜਨ ਲਈ ਸਾਡੀ ਵੈੱਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਪਾ ਅਤੇ ਪਿਛੜਿਆਂ ਦਾ ਇੱਕੋ ਇੱਕ ਪਰੋਸੇਮਾਨ ਨਿਊਜ਼ ਚੈਨਲ ਅਸ ਦੀ ਆਵਾਜ਼ ਰੋਜ਼ਾਨਾ ਅਸ ਦੀ ਆਵਾਜ਼ ਪੰਜਾਬ ਦੀ ਪਰੋਸੇਮਾਨ ਅਖਬਾਰ